ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਮਾਰਟ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਬਹੁਤ ਸੋਹਣਾ ਡਿਜ਼ਾਈਨ ਲੈ ਕੇ। ਅਤੇ ਇਹ ਵਾਲਾ ਡਿਜ਼ਾਈਨ ਜਿਹੜਾ ਇਹ ਵੀ ਬਹੁਤ ਹੀ ਸੌਖਾ ਡਿਜ਼ਾਈਨ ਹੈ ਅਤੇ ਤੁਸੀਂ ਇਸ ਨੂੰ ਜੈਂਟਸ ਕੋਟੀ 'ਤੇ, ਲੇਡੀਜ਼ ਕੋਟੀ 'ਤੇ ਕਿਤੇ ਵੀ ਪਾ ਕੇ ਰੈਡੀ ਕਰ ਸਕਦੇ। ਲੇਡੀਜ਼ ਦੇ ਤੁਸੀਂ ਜੈਕਟ 'ਤੇ ਪਾ ਸਕਦੇ ਜੇ, ਜੈਂਟਸ ਦੀ ਫੁੱਲ ਬਾਜੂ ਵਾਲੀ ਸਵੈਟਰ 'ਤੇ ਪਾ ਸਕਦੇ ਜੇ। ਬਹੁਤ ਪਿਆਰਾ ਡਿਜ਼ਾਈਨ ਆ ਅਤੇ ਬਣਾਉਣ ਵਿੱਚ ਵੀ ਬਹੁਤ ਹੀ ਆਸਾਨ ਆ। ਇਸ ਨੂੰ ਬਣਾਉਣ ਵਾਸਤੇ ਆਪਾਂ ਪੰਜ ਪੰਜ ਦੇ ਹਿਸਾਬ ਨਾਲ ਕੁੰਡੇ ਲੈਣੇ ਨੇ, ਪੰਜ ਕੁੰਡੇ ਇਸ ਤਰ੍ਹਾਂ ਲੈ ਕੇ ਅਤੇ ਤਿੰਨ ਕੁੰਡੇ ਵੱਧ ਲੈ ਲੈਣੇ ਨੇ ਅਤੇ ਡਿਜ਼ਾਈਨ ਜਿਹੜਾ ਬਿਲਕੁਲ ਸੈੱਟ ਆਏਗਾ ਅਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਣਾ ਹੈ ਅਤੇ ਚਾਰ ਸਿਲਾਈਆਂ ਦਾ ਟੋਟਲ ਡਿਜ਼ਾਈਨ ਆ। ਬਹੁਤ ਹੀ ਪਿਆਰਾ ਅਤੇ ਬਹੁਤ ਸਿੰਪਲ ਜਿਹਾ ਡਿਜ਼ਾਈਨ ਆ। ਅਤੇ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰੀ ਆਏ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵੀਡੀਓ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਕੇ ਦੱਸਣਾ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਆ। ਅਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਦੇ ਹਾਂ। ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ। ਪਹਿਲੀ ਸਿਲਾਈ ਡਿਜ਼ਾਈਨ ਦੀ ਪਹਿਲਾਂ ਕੁੰਡਾ ਉਤਾਰ ਲਿਆ, ਧਾਗਾ ਆਪਣੀ ਵਾਲੀ ਸਾਈਡ ਕਰਾਂਗੇ। ਦੋ ਕੁੰਡੇ ਉਲਟੇ ਬਣਾਉਣੇ ਆ, ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ, ਧਾਗਾ ਆਪਣੀ ਵਾਲੀ ਸਾਈਡ, ਤਿੰਨ ਕੁੰਡੇ ਉਲਟੇ, ਇੱਕ ਦੋ ਤਿੰਨ, ਧਾਗਾ ਪਿੱਛੇ ਦੋ ਕੁੰਡੇ ਸਿੱਧੇ, ਧਾਗਾ ਆਪਣੀ ਵਾਲੀ ਸਾਈਡ, ਤਿੰਨ ਕੁੰਡੇ ਉਲਟੇ, ਧਾਗਾ ਪਿੱਛੇ ਦੋ ਕੁੰਡੇ ਸਿੱਧੇ, ਧਾਗਾ ਆਪਣੀ ਵਾਲੀ ਸਾਈਡ, ਲਾਸਟ 'ਤੇ ਦੋ ਕੁੰਡੇ ਉਲਟੇ ਬਣਾਵਾਂਗੇ ਅਤੇ ਲਾਸਟ ਵਾਲਾ ਕੁੰਡਾ ਸਿੱਧਾ ਬਣਾਉਣਾ। ਇੱਥੇ ਮੇਰੇ ਕੋਲ ਇੱਕ ਕੁੰਡਾ ਵੱਧ ਆ ਅਤੇ ਆਪਾਂ ਦੋ ਤੋਂ ਇੱਕ ਕਰ ਦੇਵਾਂਗੇ। ਪਹਿਲੀ ਸਿਲਾਈ ਡਿਜ਼ਾਈਨ ਦੀ ਇਸ ਤਰ੍ਹਾਂ ਬਣ ਗਈ। ਹੁਣ ਦੂਸਰੀ ਸਿਲਾਈ ਵੇਖੋ ਕਿਵੇਂ ਬਣੇਗੀ। ਪਹਿਲਾਂ ਕੁੰਡਾ ਉਤਾਰ ਲਿਆ, ਹੁਣ ਧਾਗਾ ਆਪਣਾ ਬੈਕ ਸਾਈਡ 'ਤੇ ਕਰਕੇ, ਜਿਹੜੇ ਕੁੰਡੇ ਉੱਧਰੋਂ ਆਪਾਂ ਸਿੱਧੇ ਬਣਾਏ ਸੀ ਇੱਧਰੋਂ ਉਲਟੇ ਬਣਨੇ ਆ, ਅਤੇ ਇੱਧਰੋਂ ਜਿਹੜੇ ਉਲਟੇ ਬਣਾਏ ਉਹ ਇੱਧਰੋਂ ਸਿੱਧੇ ਬਣਨੇ ਨੇ। ਹੁਣ ਸਭ ਤੋਂ ਪਹਿਲਾਂ ਦੋ ਸਿੱਧੇ, ਫਿਰ ਧਾਗਾ ਆਪਣੀ ਵਾਲੀ ਸਾਈਡ, ਦੋ ਉਲਟੇ, ਧਾਗਾ ਪਿੱਛੇ, ਤਿੰਨ ਕੁੰਡੇ ਸਿੱਧੇ, ਧਾਗਾ ਆਪਣੀ ਵਾਲੀ ਸਾਈਡ, ਦੋ ਕੁੰਡੇ ਉਲਟੇ, ਧਾਗਾ ਪਿੱਛੇ, ਤਿੰਨ ਕੁੰਡੇ ਸਿੱਧੇ, ਧਾਗਾ ਆਪਣੀ ਵਾਲੀ ਸਾਈਡ, ਦੋ ਕੁੰਡੇ ਉਲਟੇ, ਧਾਗਾ ਪਿੱਛੇ, ਦੋ ਕੁੰਡੇ ਸਿੱਧੇ, ਅਤੇ ਲਾਸਟ ਵਾਲਾ ਕੁੰਡਾ ਉਲਟਾ। ਹੁਣ ਆ ਗਏ ਹਾਂ ਡਿਜ਼ਾਈਨ ਦੀ ਆਪਾਂ ਤੀਸਰੀ ਸਿਲਾਈ 'ਤੇ ਸਿੱਧੇ ਪਾਸੇ। ਹੁਣ ਤੀਸਰੀ ਸਿਲਾਈ ਵੇਖੋ ਕਿਵੇਂ ਬਣੇਗੀ। ਪਹਿਲਾ ਕੁੰਡਾ ਉਤਾਰ ਲਿਆ, ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ, ਧਾਗਾ ਪਿੱਛੇ ਕਰਕੇ, ਇਹ ਹੁਣ ਕੁੰਡਿਆਂ ਨੂੰ ਆਪਾਂ ਟਵਿਸਟ ਕਰਨਾ, ਇਹਨੂੰ ਅਤੇ ਇਹ ਕੁੰਡੇ ਨੂੰ ਆਪਾਂ ਟਵਿਸਟ ਕਰਨਾ ਇਸ ਤਰੀਕੇ ਦੇ ਨਾਲ। ਆਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਇੱਧਰ ਲੈ ਆਉਣਾ, ਇੱਧਰ ਲਿਆ ਕੇ ਫਿਰ ਇਹਨੂੰ ਪਹਿਲਾਂ ਆਪਾਂ ਸਿੱਧਾ ਬਣਾਉਣਾ ਹੈ, ਫਿਰ ਇਸ ਤਰ੍ਹਾਂ ਕਰਕੇ ਧਾਗਾ ਘੁਮਾ ਕੇ ਅਤੇ ਇੱਕ ਵਾਰ ਦੁਬਾਰਾ ਬਣਾ ਦੇਣਾ। ਇਹ ਕੁੰਡੇ ਤੋਂ ਹੁਣ ਸਾਡੇ ਤਿੰਨ ਕੁੰਡੇ ਹੋ ਗਏ। ਇਹ ਵਾਲੇ ਕੁੰਡੇ ਨੂੰ ਆਪਾਂ ਸਿੱਧਾ ਬਣਾ ਲੈਣਾ, ਫਿਰ ਧਾਗਾ ਆਪਣੀ ਵਾਲੀ ਸਾਈਡ, ਇੱਕ ਦੋ ਅਤੇ ਤਿੰਨ ਕੁੰਡੇ ਉਲਟੇ, ਧਾਗਾ ਪਿੱਛੇ, ਫਿਰ ਆਹ ਦੋ ਕੁੰਡਿਆਂ ਨੂੰ ਟਵਿਸਟ ਕਰਾਂਗੇ ਇਸ ਤਰੀਕੇ ਦੇ ਨਾਲ। ਆਹ ਵਾਲੇ ਕੁੰਡੇ ਨੂੰ ਇੱਧਰ ਲੈ ਆਉਣਾ,
ਫਿਰ ਇਹ ਕੁੰਡੇ ਤੋਂ ਆਪਾਂ 3 ਕੁੰਡੇ ਬਣਾਉਣੇ। ਇਸ ਤਰ੍ਹਾਂ ਕਰਕੇ ਪਹਿਲਾਂ ਬੁਣ ਲਿਆ, ਸਿਲਾਈ ਦੇ ਉੱਪਰੋਂ ਨਹੀਂ ਉਤਾਰਿਆ, ਫਿਰ ਇਸ ਤਰ੍ਹਾਂ ਧਾਗਾ ਘੁਮਾ ਕੇ ਇੱਕ ਵਾਰੀ ਦੁਬਾਰਾ ਬਣਾ ਲੈਣਾ। ਅਤੇ ਇਹ ਜਿਹੜਾ ਕੁੰਡਾ ਆਪਾਂ ਬਣਾਇਆ ਸੀ ਇਹਨੂੰ ਆਪਾਂ ਸਿੱਧਾ ਬਣਾ ਲੈਣਾ, ਧਾਗਾ ਆਪਣੀ ਵਾਲੀ ਸਾਈਡ, 3 ਕੁੰਡੇ ਉਲਟੇ, ਧਾਗਾ ਪਿੱਛੇ, ਫਿਰ ਇਹ 2 ਕੁੰਡਿਆਂ ਨੂੰ ਟਵਿਸਟ ਕਰਨਾ ਇਸ ਤਰੀਕੇ ਦੇ ਨਾਲ। ਇਸ ਕੁੰਡੇ ਨੂੰ ਹੁਣ ਆਪਾਂ 3 ਵਾਰ ਬਣਾ ਲੈਣਾ, 1 ਫਿਰ 2 ਅਤੇ ਆਹ 3। 1 ਕੁੰਡੇ ਤੋਂ ਆਪਾਂ 3 ਕੁੰਡੇ ਬਣਾ ਲਏ, ਆਹ ਕੁੰਡੇ ਨੂੰ ਸਿੱਧਾ ਹੀ ਬਣਾ ਲਾਂਗੇ। ਧਾਗਾ ਆਪਣੀ ਵਾਲੀ ਸਾਈਡ, 2 ਕੁੰਡੇ ਉਲਟੇ, ਧਾਗਾ ਪਿੱਛੇ, 1 ਕੁੰਡਾ ਸਿੱਧਾ। ਹੁਣ ਆਪਾਂ ਆ ਗਏ ਹਾਂ ਡਿਜ਼ਾਇਨ ਦੀ ਚੌਥੀ ਸਿਲਾਈ 'ਤੇ। ਪਹਿਲਾ ਕੁੰਡਾ ਉਤਾਰ ਲਿਆ, ਧਾਗਾ ਬੈਕ ਸਾਈਡ 'ਤੇ ਕਰਾਂਗੇ, 2 ਕੁੰਡੇ ਸਿੱਧੇ ਬਣਾਵਾਂਗੇ। ਹੁਣ ਧਾਗਾ ਆਪਣੀ ਵਾਲੀ ਸਾਈਡ, 1 ਕੁੰਡਾ ਆਪਾਂ ਉਲਟਾ ਬਣਾ ਲੈਣਾ। ਅਤੇ ਇਹ ਜਿਹੜੇ 1 ਤੋਂ 3 ਕੁੰਡੇ ਕੀਤੇ ਸੀ ਇਹਨਾਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਇਕੱਠੇ ਲੈ ਲੈਣਾ ਅਤੇ ਤਿੰਨਾਂ ਨੂੰ ਉਲਟੇ ਬਣਾ ਦੇਣਾ, 3 ਤੋਂ 1 ਕਰਤਾ। ਧਾਗਾ ਪਿੱਛੇ, ਫਿਰ 3 ਕੁੰਡੇ ਸਿੱਧੇ, ਧਾਗਾ ਆਪਣੀ ਵਾਲੀ ਸਾਈਡ, 1 ਕੁੰਡਾ ਉਲਟਾ, ਫਿਰ ਆਹ 3 ਕੁੰਡੇ ਜਿਹੜੇ ਆ ਇਹਨਾਂ ਨੂੰ ਆਪਾਂ ਇਕੱਠੇ ਬੁਣ ਲੈਣਾ, 3 ਤੋਂ 1 ਕਰ ਦੇਣਾ। ਧਾਗਾ ਪਿੱਛੇ, 3 ਕੁੰਡੇ ਸਿੱਧੇ, ਧਾਗਾ ਆਪਣੀ ਵਾਲੀ ਸਾਈਡ, 1 ਕੁੰਡਾ ਉਲਟਾ ਪਹਿਲਾਂ, ਫਿਰ 3 ਕੁੰਡਿਆਂ ਤੋਂ 1 ਕੁੰਡਾ, ਧਾਗਾ ਪਿੱਛੇ, 2 ਕੁੰਡੇ ਸਿੱਧੇ, ਧਾਗਾ ਆਪਣੀ ਵਾਲੀ ਸਾਈਡ, 1 ਕੁੰਡਾ ਉਲਟਾ। ਇਹ ਸਾਡੀਆਂ 4 ਸਿਲਾਈਆਂ ਬਣ ਗਈਆਂ। ਇਹੀ 4 ਸਿਲਾਈਆਂ ਆਪਾਂ ਫਿਰ ਰਿਪੀਟ ਕਰਾਂਗੇ। ਵੇਖੋ, ਪਹਿਲਾ ਕੁੰਡਾ ਉਤਾਰ ਲਿਆ, ਫਿਰ ਧਾਗਾ ਆਪਣੀ ਵਾਲੀ ਸਾਈਡ, 2 ਕੁੰਡੇ ਉਲਟੇ, ਧਾਗਾ ਪਿੱਛੇ, 2 ਕੁੰਡੇ ਸਿੱਧੇ, ਧਾਗਾ ਆਪਣੀ ਵਾਲੀ ਸਾਈਡ, 3 ਕੁੰਡੇ ਉਲਟੇ, ਧਾਗਾ ਪਿੱਛੇ, 2 ਕੁੰਡੇ ਸਿੱਧੇ, ਫਿਰ 3 ਕੁੰਡੇ ਉਲਟੇ, 2 ਕੁੰਡੇ ਸਿੱਧੇ, ਲਾਸਟ 'ਤੇ 2 ਕੁੰਡੇ ਉਲਟੇ, ਅਤੇ ਲਾਸਟ ਵਾਲਾ ਕੁੰਡਾ ਸਿੱਧਾ। ਪਹਿਲੀ ਸਿਲਾਈ ਇਸ ਤਰ੍ਹਾਂ ਬਣਨੀ ਹੈ ਡਿਜ਼ਾਇਨ ਦੀ। ਹੁਣ ਦੂਸਰੀ ਸਿਲਾਈ, ਉਲਟੇ 'ਤੇ ਉਲਟਾ, ਸਿੱਧੇ 'ਤੇ ਸਿੱਧਾ। ਇੱਧਰੋਂ 2 ਪਹਿਲਾਂ ਸਿੱਧੇ ਬਣਨਗੇ, ਫਿਰ 2 ਉਲਟੇ ਬਣਨਗੇ, ਫਿਰ 3 ਸਿੱਧੇ ਬਣਨਗੇ, 1 2 3, 2 ਉਲਟੇ 3 ਸਿੱਧੇ, 2 ਉਲਟੇ 3 ਸਿੱਧੇ, ਲਾਸਟ ਵਾਲਾ ਉਲਟਾ। ਹੁਣ ਵੇਖੋ, ਪਹਿਲਾ ਕੁੰਡਾ ਉਤਾਰ ਲਿਆ, ਫਿਰ 2 ਕੁੰਡੇ ਉਲਟੇ, ਧਾਗਾ ਬੈਕ ਸਾਈਡ 'ਤੇ ਕਰਕੇ ਇਹ 2 ਕੁੰਡਿਆਂ ਨੂੰ ਟਵਿਸਟ ਕਰਨਾ ਇਸ ਤਰ੍ਹਾਂ। ਇਹ ਵਾਲੇ ਕੁੰਡੇ ਨੂੰ ਆਪਾਂ ਇੱਧਰ ਲੈ ਆਉਣਾ, ਇਸ ਕੁੰਡੇ ਨੂੰ ਇੱਧਰ ਲੈ ਆਉਣਾ। ਹੁਣ 1 ਕੁੰਡੇ ਤੋਂ 3 ਕੁੰਡੇ ਬਣਾਉਣੇ ਆ, 1 2 ਅਤੇ 3, ਫਿਰ ਇਹ ਵਾਲੇ ਕੁੰਡੇ ਨੂੰ ਸਿੰਪਲ ਸਿੱਧਾ ਹੀ ਬੁਣ ਦੇਣਾ। ਧਾਗਾ ਆਪਣੀ ਵਾਲੀ ਸਾਈਡ, 3 ਕੁੰਡੇ ਉਲਟੇ, ਧਾਗਾ ਪਿੱਛੇ, 2 ਕੁੰਡਿਆਂ ਨੂੰ ਪਹਿਲਾਂ ਟਵਿਸਟ ਕਰਨਾ ਵਾ ਇਸ ਤਰ੍ਹਾਂ ਕਰਕੇ। ਫਿਰ ਜਿਹੜਾ ਇੱਧਰ ਕੁੰਡਾ ਲਿਆਂਦਾ ਉਹਦੇ ਤੋਂ 3 ਕੁੰਡੇ ਬਣਾ ਲੈਣੇ, 1 ਵਿੱਚ ਵਲ ਪਾ ਕੇ, ਅਤੇ ਇਹ ਵਾਲਾ ਜਿਹੜਾ ਇੱਧਰ ਲਿਆਂਦਾ ਕੁੰਡਾ ਉਹਨੂੰ 1 ਹੀ ਇਕੱਲਾ ਬੁਣ ਦੇਣਾ, ਫਿਰ 3 ਕੁੰਡੇ ਉਲਟੇ, ਧਾਗਾ ਪਿੱਛੇ, ਇਹ 2 ਕੁੰਡਿਆਂ ਨੂੰ ਫਿਰ ਟਵਿਸਟ ਕਰਨਾ
ਇੱਕ ਵਾਰ ਦੁਬਾਰਾ ਇਸ ਲਈ ਬਣਾ ਕੇ ਦਿਖਾ ਰਹੀ ਹਾਂ ਤਾਂ ਕਿ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਲੱਗ ਜੇ, ਕੋਈ ਭੁਲੇਖਾ ਨਾ ਰਹੇ। ਇਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ, ਦੋ ਕੁੰਡੇ ਉਲਟੇ, ਲਾਸਟ ਵਾਲਾ ਕੁੰਡਾ ਸਿੱਧਾ। ਹੁਣ ਚੌਥੀ ਸਿਲਾਈ 'ਤੇ ਆ ਡਿਜ਼ਾਇਨ, ਇੱਥੇ ਮੈਂ ਅੱਠਵੀਂ ਸਿਲਾਈ ਬਣਾ ਰਹੀ ਹਾਂ, ਡਿਜ਼ਾਇਨ ਦੀ ਵੈਸੇ ਚੌਥੀ ਸਿਲਾਈ ਹੈ। ਦੋ ਕੁੰਡੇ ਸਿੱਧੇ, ਧਾਗਾ ਆਪਣੀ ਵਾਲੀ ਸਾਈਡ, ਇੱਕ ਕੁੰਡਾ ਉਲਟਾ। ਹੁਣ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ, ਧਾਗਾ ਪਿੱਛੇ, ਤਿੰਨ ਕੁੰਡੇ ਸਿੱਧੇ, ਧਾਗਾ ਆਪਣੀ ਵਾਲੀ ਸਾਈਡ, ਇੱਕ ਕੁੰਡਾ ਉਲਟਾ, ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ, ਤਿੰਨ ਕੁੰਡੇ ਸਿੱਧੇ, ਧਾਗਾ ਆਪਣੀ ਵਾਲੀ ਸਾਈਡ, ਇੱਕ ਕੁੰਡਾ ਉਲਟਾ, ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ, ਧਾਗਾ ਪਿੱਛੇ, ਦੋ ਕੁੰਡੇ ਸਿੱਧੇ ਅਤੇ ਲਾਸਟ ਵਾਲਾ ਕੁੰਡਾ ਉਲਟਾ। ਇਸ ਤਰ੍ਹਾਂ ਇਹੀ ਚਾਰ ਸਿਲਾਈਆਂ ਅਸੀਂ ਵਾਰ ਵਾਰ ਰਿਪੀਟ ਕਰਦੇ ਜਾਣਾ ਹੈ ਅਤੇ ਡਿਜ਼ਾਇਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣਦਾ ਜਾਣਾ। ਬਹੁਤ ਹੀ ਪਿਆਰਾ ਲੱਗਦਾ ਹੈ ਡਿਜ਼ਾਇਨ ਜਦੋਂ ਆਪਾਂ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ, ਅਤੇ ਡਿਜ਼ਾਇਨ ਜਿਹੜਾ ਇਸ ਤਰ੍ਹਾਂ ਨਾਲ ਬਣ ਕੇ ਆਏਗਾ, ਬਹੁਤ ਸੋਹਣਾ ਡਿਜ਼ਾਇਨ ਲੱਗਦਾ ਹੈ। ਜੇਕਰ ਤੁਹਾਨੂੰ ਵੀ ਡਿਜ਼ਾਇਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਇਨ ਦੇ ਨਾਲ ਨੈਕਸਟ ਵੀਡੀਓ ਵਿੱਚ। ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।